ਭੱਟੀ ਨਾ ਫੋਨ ਨਸ਼ਾ ਪਿਆ ਪੁੱਛਾਂਗਾ ਬੜਾ। ਹਾਂਜੀ ਮਾਸੂ ਭਾਈ, ਸਲਾਮ ਅਲੈਕੁਮ, ਕੀ ਹਾਲ ਹੈ? ਠੀਕ ਹੋ? ਜੀ ਭੱਟੀ ਸਾਹਿਬ, ਕੀ ਹਾਲ ਹੈ? ਠੀਕ ਠਾਕ, ਹੋਰ ਸੁਣਾਓ? ਮੈਂ ਵੀ ਠੀਕ ਠਾਕ ਹਾਂ, ਆਪਣੀ ਸੁਣਾ, ਸੇ ਠੀਕ ਹੀ ਨਾ? ਕਿਆ ਸਟੋਰੀ ਹੈ? ਸਾਰੇ ਕੁਝ ਯਾਦ ਕਰੋ, ਤੁਸੀਂ ਮੈਂ ਕੀ ਵਾਅਦਾ ਕੀਤਾ ਸੀ ਕਿ ਮੈਂ ਤੁਕੇ ਆਈਫੋਨ 8 ਐਕਸ ਭੇਜਾਂ। ਯਾਰਾ ਮੈਂ ਮਿਕੀ ਤਾਂ ਕੋਈ ਨੀ ਯਾਦ, ਜੇ ਮੈਂ ਤੁਕੇ ਆਇਆ ਸੀ ਆਈਫੋਨ 8 ਐਕਸ ਭੇਜਾਂ, ਮੈਂ ਆਖਿਆ ਸੀ ਮਾਤੇ ਦੁਆ ਕਰਕੇ ਮੈਂ ਅਮਰੀਕਾ ਲਿਆ ਜਾ, ਲੇਕਿਨ ਮੈਂ ਕਰਸਾਂ, ਮੈਂ ਇੱਥੇ ਬੂਟਾ ਕਿਨਸਾਂ ਨਾ ਆਈਫੋਨ, ਇੱਥੇ ਬਹੁਤ ਜ਼ਿਆਦਾ ਬੂਟੇ ਲੱਭਣ, ਸੈਮਸੰਗ ਨੇ, ਐਲ ਜੀ ਨੇ, ਆਈਫੋਨ ਨਾ ਮੈਂ ਕਿਨਸਾਂ ਨਾ, ਕਿਨੀ ਕੇ ਆਪਣੇ ਘਰ ਬਾਹਰ ਲਾਸਾਂ, ਬਾਹਰ ਲਾਈ ਕੇ ਨਾ, ਤਾਂ ਜਿਲ੍ਹਾ ਜੈਸੇ ਆਈਫੋਨ ਨਾ ਪਹਿਲਾਂ ਫੋਨ ਰੱਖੀ ਨਾ ਆਈਫੋਨ 8 ਐਕਸ, ਮੈਂ ਲੈ ਕੇ ਪਹਿਲੇ ਆਏ ਤੁਸੀਂ ਪੈਸਾ ਪਿੰਪ ਪੈਕ ਡੱਬੇ ਬਾਈ ਕੇ ਨਾ, ਤੂੰ ਕੀ ਪੈਸਾ, ਤੂੰ ਫਿਕਰ ਨਾ ਕਰੀ ਲਾ। ਬਗਲੀ ਛੁੱਟੀ ਰੱਖੀ ਹੋਣੀ ਇੱਥੇ ਜੇ ਪੁੱਲ ਜਾਣੇ, ਅਸੀਂ ਜਾਣੇ ਦੁਆਵਾਂ ਕਰੋ, ਅਸੀਂ ਜਾਸਾਂ ਦੱਸਣ ਵਾਸਤੇ ਇਹ ਪੈਸਾ ਉਹ ਪੈਸਾ, ਇਹ ਤੁਸਾਂ ਦਾ ਕਸੂਰ ਨੀ, ਸਾਰੀ ਗਲਤੀ ਅਸਾਂ ਦੀ, ਅਸਾਂ ਹੀ ਫੁੱਦੂ ਪਸੀਂਜਰ। ਓ ਪੱਟੀ, ਗੁੱਸਾ ਨਾ ਕਰ, ਬ੍ਰੇਕ ਮਾਰ, ਬ੍ਰੇਕ ਮਾਰ, ਮਾੜੀ ਗੱਲ ਸੁਣ, ਮੈਂ ਆਪੂ ਟੁੱਟਿਆ ਭੱਜਿਆ ਫੋਨ ਰੱਖਿਆ ਵਾ, ਤੇ ਮੈਂ ਤੁਕੀ ਕਿਆ ਆਈਫੋਨ ਭੇਜਾ ਯਾਰਾ, ਮੈਂ ਵੈਸੇ ਮਜ਼ਾਕ ਕੀਤਾ ਸੀ ਕਿ ਮੈਂ ਤੇ ਆਈਫੋਨ ਪੈਸਾ, ਤੂੰ ਤਾਂ ਚੜ੍ਹੀ ਹੋਈ ਗਏ, ਨਾ ਮੂੰਹ ਨਾ ਨਾਸਾਂ, ਮੈਂ ਵੀ ਆਈਫੋਨ ਚਲਾ ਸਾਂ। ਉਹ ਕਹਿਣਾ ਅੱਲਾਹ ਵਾਲਾ, ਇਹ ਤਾਂ ਗੱਲ ਮਾੜੀ ਹੈ ਪਾਕਿਸਤਾਨੀਆਂ ਦੀ, ਪਰ ਦੇਖ ਰਹੇ ਕਿ ਫੋਨ ਕਰਨੇ ਜੀ, ਫੋਨ ਭੇਜੋ, ਪੈਸੇ ਭੇਜੋ, ਇਹ ਸੋਚ ਰਹੇ ਜੇ ਫੋਨ ਤੇ ਪੈਸੇ ਬੂਟਿਆਂ ਨਾਲ ਲੱਗੇ, ਜੇ ਅਸਾਂ ਲੈ ਕੇ ਫਟਵਾੜੀ ਭੇਜ ਛੱਡਦਾ ਜੀ, ਤੁਸਾਂ ਤੇ ਅਸਾਂ ਫੋਨ ਭੇਜਾ, ਅਸਾਂ ਇੱਥੇ 19-19 ਘੰਟੇ 18-18 ਘੰਟੇ ਕਲਾਈ ਕੇ ਤੇ ਆਪਣਾ ਬਿੱਲ ਰੈਂਟ ਪੂਰਾ ਕਰਨੇ ਆ, ਤੇ ਇਹ 30,000 ਬਾਅਦ ਜੀ ਪੈਸੇ ਭੇਜੋ ਜੀ, ਫੋਨ ਭੇਜੋ ਜੀ, ਉਹ ਥੋੜੀ ਬ੍ਰੇਕ ਮਾਰੋ, ਬ੍ਰੇਕ ਮਾਰੋ ਤੇ ਹੌਸਲਾ ਰੱਖੋ, ਕੋਈ ਕੰਮ ਕਾਜ ਕਰੋ, ਆਪਣਾ ਆਪ ਕੁਝ ਕਰੋ, ਦੂਜਿਆਂ ਨੂੰ ਤਾਂ ਨਾ ਮੰਗਿਆ ਕਰੋ, ਅਗਲੇ ਨੂੰ ਟੈਂਸ਼ਨ ਤਾਂ ਕਿਆ ਕਰੋ, ਉਸਨੇ ਘਰਾਂ ਨੇ ਬਿੱਲ, ਬਿਜਲੀ ਨੇ ਬਿੱਲ, ਰੈਂਟ ਦੇਣਾ ਹੋਣਾ, ਹੋਰ ਚੀਜ਼ਾਂ ਸੋਣੀਆਂ, ਤੁਸਾਂ ਹੈਲੋ ਆ ਫੋਨ ਭੇਜੋ ਜੀ, ਪੈਸੇ ਭੇਜੋ ਜੀ, ਅੱਲਾ ਨਾ ਵਾਲਾ ਤੇ ਥੋੜਾ।